ਸਾਬਕਾ ਆਲ ਇੰਡੀਆ ਪੈਰਾਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸਾਬਕਾ ਆਲ ਇੰਡੀਆ ਪੈਰਾਮਿਲਟਰੀ ਫੋਰਸ ਦੇ 6 ਜ਼ਿਲ੍ਹਿਆਂ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਧਾਰਨੀ ਨੇ ਦਿੱਤੀ। ਉਹਨਾਂ ਕਿਹਾ ਕਿ ਸਾਬਕਾ ਆਲ ਇੰਡੀਆ ਪੈਰਾਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਕਿਹਾ ਕਿ 13 ਦਸੰਬਰ ਨੂੰ ਸਵੇਰੇ 11 ਵਜੇ ਦਿੱਲੀ ਸੰਸਦ ਭਵਨ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਸਾਬਕਾ ਆਲ ਇੰਡੀਆ ਪੈਰਾਮਿਲਟਰੀ ਫੋਰਸ ਦੇ ਆਪਣੇ ਸਾਰੇ ਸਾਥੀਆਂ ਨੂੰ ਵੱਧ ਚੜ੍ਹ ਕੇ ਦਿੱਲੀ ਸੰਸਦ ਭਵਨ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ। ਮੈਂ ਪ੍ਰਿਤਪਾਲ ਸਿੰਘ ਧਾਰਨੀ, ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਆਲ ਇੰਡੀਆ ਪੈਰਾਮਿਲਟਰੀ ਫੋਰਸ ਦਾ 6 ਜ਼ਿਲ੍ਹਿਆਂ ਦਾ ਜੋਨ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਬਸੀ ਪਠਾਣਾ ਤੋਂ ਬੋਲ ਰਿਹਾ। ਮੈਂ ਸਾਰੇ ਮੇਰੇ ਸਾਥੀਆਂ ਨੂੰ ਜਿਹੜੇ ਰਿਟਾਇਰੀ ਆਲ ਇੰਡੀਆ ਪੈਰਾਮਿਲਟਰੀ ਫੋਰਸ ਦੇ ਮੇਰੇ ਸਾਥੀ ਰਿਟਾਇਰ ਹਨ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ 13 ਦਸੰਬਰ 2019 ਨੂੰ ਉਹ ਹੁੰਮਾ ਕੇ ਸਵੇਰੇ 11 ਵਜੇ ਦਿੱਲੀ ਸੰਸਦ ਭਵਨ ਦਾ ਘਿਰਾਓ ਕਰਨ ਵਾਸਤੇ ਪਹੁੰਚਣ ਅਤੇ ਸਾਡੀਆਂ ਜਿਹੜੀਆਂ ਉੱਥੇ ਮੁੱਖ ਮੰਗਾਂ, 2004 ਤੋਂ ਬਾਅਦ ਜਿਹੜੀ ਪੈਨਸ਼ਨ ਜਵਾਨਾਂ ਦੀ ਬੰਦ ਹੋਈ ਹੈ ਉਹਨੂੰ ਜਾਰੀ ਕੀਤਾ ਜਾਵੇ। ਜਿਹੜੇ ਆਲ ਇੰਡੀਆ ਪੈਰਾਮਿਲਟਰੀ ਫੋਰਸ ਦੇ ਸ਼ਹੀਦ, ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਆਰਮੀ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਜਿਹੜੇ ਰਿਟਾਇਰੀ ਫੌਜੀ ਆ ਜਾਂਦੇ ਹਨ ਉਹਨਾਂ ਦਾ ਮੁੜ ਵਸੇਬਾ ਕੀਤਾ ਜਾਵੇ ਅਤੇ ਆਲ ਇੰਡੀਆ ਲੈਵਲ 'ਤੇ ਆਰਮੀ ਦੀ ਤਰ੍ਹਾਂ ਆਲ ਇੰਡੀਆ ਪੈਰਾਮਿਲਟਰੀ ਫੋਰਸ ਸੈਨਿਕ ਭਲਾਈ ਬੋਰਡ ਬਣਨੇ ਚਾਹੀਦੇ ਹਨ। 35 ਸਾਲ ਜੌਬ ਕੀਤੀ ਹੈ ਅਸੀਂ ਆਲ ਇੰਡੀਆ ਦੇ ਪੇ ਕਮਿਸ਼ਨਾਂ ਬਾਰੇ, 7ਵਾਂ ਪੇ ਕਮਿਸ਼ਨ ਵੀ ਦੇਖ ਲਿਆ, 6ਵੇਂ ਦੂਜੇ ਪੇ ਕਮਿਸ਼ਨ ਤੋਂ ਲੈ ਕੇ ਹੁਣ ਤੱਕ ਅਸੀਂ ਕਦੇ ਵੀ ਇੰਨੀ ਅੜਚਣ ਪੇ ਕਮਿਸ਼ਨ ਦੇ ਵਿੱਚ ਨਹੀਂ ਸਮਝੀ ਦੇਖੀ। ਪਰ ਮੋਦੀ ਸਰਕਾਰ ਦੇ ਵਿੱਚ ਜੋ 7ਵੇਂ ਪੇ ਕਮਿਸ਼ਨ ਦਾ ਹਾਲ ਕੀਤਾ ਗਿਆ ਹੈ, ਇਸਦਾ ਇਹਨੂੰ ਸਾਰਾ ਹਿੰਦੁਸਤਾਨ ਭਲੀ ਭਾਂਤੀ ਜਾਣਦਾ ਹੈ। ਮੈਂ ਸਰਕਾਰ ਨੂੰ ਤਾਕੀਦ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ 7ਵੇਂ ਪੇ ਕਮਿਸ਼ਨ ਦੀਆਂ ਮੰਗਾਂ ਲਾਗੂ ਕਰਨ ਅਤੇ ਲੋਕਾਂ ਦੇ ਬਣਦੇ ਬਕਾਏ ਵਾਪਸ ਦੇਣ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।